ਸਿਰਫ ਯਕਮ ਤਰੀਕਾ ਜਿਨਾ ਆਉਣੀਆਂ ਤਨਖਾਹ ਹਾਂ ਇਹ ਉਹਦੀ ਵਜ੍ਹਾ ਦਾ ਸੈਟਅਪ ਆ ਵਰਨਾ 29 ਦਿਨ ਤੂੰ ਮੇਰੀ ਮਾਂ ਭੈਣ ਉਹ ਨੌਲਦੀ ਆ ਮੈਂ ਸਾਰਾ ਸੈਟਅਪ ਹੀ ਚੇਂਜ ਕਰ ਦੇਣਾ ਕਿਆ ਸੈਟਅਪ ਐ ਯਕਮ ਇਨਸਾਨ ਮੇਰੀ ਵੀ ਤਨਖਾਹ ਦੇ ਹਾਂ ਯਕਮ ਫਿਕਰ ਨਾ ਕਰ ਮੈਨਾਂ ਵੀ ਬੜੇ ਵਾਅਦੇ ਕੀਤੇ ਸਾਹਿਬ ਜੀ ਤੁਸੀਂ ਕਿਆ ਵਾਅਦੇ ਕਰਤੀ ਐ ਆਏ ਦਿਨ ਵਾਅਦੇ ਹੁਣ ਉਹ ਤਿਆਰੀ ਦੇਖੀ ਆ ਨਾ ਸ਼ਾਪਿੰਗ ਤੇ ਲੈ ਜਾਓਗੇ ਕਿਤੇ मैं सिर्फ और सिर्फ सारा सेटअप इसलिए चेंज कर रहा कि तू 30 दिन मेरी इज्जत करे वरना तू मेरी तनख्वाह बढ़ के फटाफट तीवर चेंज कर लेनी है ਹੁਣ ਮੈਂ ਇਹ ਕਰਾਂਗਾ ਲੋ ਧਿਆਨ ਹੀ ਨਹੀਂ ਫਿਰ ਇੱਜ਼ਤ ਦਿੰਦੀ ਇਹ ਤੇ ਮਾਸ਼ਾਅੱਲਾ ਸਾਰੀ ਗਲੀ ਚ ਇੱਜ਼ਤ ਦਿੰਦੀ ਆ ਕਾ ਮੈਂ ਖੋਤੀ ਦਾ ਬੱਚਿਆ ਦੁਨੀਆ ਤੇ ਲੈਣ ਦੇਣ ਬਣਿਆ ਨਹੀਂ ਹਰ ਬੰਦਾ ਯਾ ਚਲ ਫਾਈਨਲ ਇਹ ਕਰਾ ਜਲਦੀ ਜਾਓ ਜਲਦੀ ਜਾਓ ਓਕੇ ਓਕੇ ਜਾਨ ਆਪਕੋ ਪਤਾ ਹੈ ਕਿ ਆਪਕੀ ਬਹਿਨ ਕੋ ਦੇਖਨੇ ਕੇ ਲਈ ਕੁਝ ਲੋਕ ਆ ਰਹੇ ਹਾਂ आज मेरी बहना को देखने आ रहे हैं रिश्ता है बहुत बड़े घर से बहुत ऊंचे घर से रिश्ता है तो ये बहना की शादी करनी चाहिए थी है हां ते तू की क्या मैंने कहा है वो आज आ रही है शाम को ते उन्होंने खान पीन का बंदोबस्त आप करेंगे ना खर्चा देंगे आप मुझे फिर मैं बंदोबस्त करूंगी आवाज आ रही है ते थोड़े खर्च के चौकस हो गए मैं हम जावांगा तनख्वाह मिलेगी सर ਆ ਬੈਗ ਚਿੱਟੇ ਰੰਗ ਦਾ ਸੀ ਜੇ ਉਹਨੇ ਕਹਿਤਾ ਹਾਂ ਤੇਰੇ ਪੱਲੇ ਕੀ ਲਾ ਗਿਆ ਬਾੜੀ ਕਿਧਰ ਹੈ ਹਾਲਾਂਕਿ ਤਾਰੀਖ ਦੱਸਦੀ ਹੈ ਕਿ ਚੱਲਦੇ ਡਰਾਮੇ 'ਚ ਬੋਲਣਾ ਹਰਾਮ ਆ ਫਿਰ ਕਿਤੇ ਜ਼ਹਿਨ ਖਿੱਚਦਾ ਜੀ ਸਾਹਿਬ ਜੀ ਗੱਡੀ ਲੈ ਕੇ ਆਓ ਗੱਡੀ ਲੈ ਜੀ ਓਕੇ ਕਿਧਰੋਂ ਲੈ ਚੱਲਾਂ ਗਰਾਜ 'ਚੋਂ मेरे बेडरूम च बेडरूम च तैनू पता ही आ बाहर गड्डी ते आंदी आ जड़ी बेडरूम च भी ले जांदे ने बुआ खोल के बेड ते सो जांदे आ गड्डी ते वॉशरूम जांदे आ गड्डी ते डाइनिंग टेबल ते आंदे आ किसे गद्दी में सल्ले इनू कहंदे आ नाजुक मिजाज अच्छा वो आप मुझे खर्चा दे देना बस आज तनख्वाह मिलनी है मैं वापसी ते तानू खर्चा दे देना ठीक है थैंक यू ते इस तो अलावा और कोई मसला ਉਹ ਜਿਹਨਾਂ ਨਾਲ ਰਿਸ਼ਤੇ ਦੀ ਗੱਲ ਹੋਈ ਆ ਬਹੁਤ ਉੱਚੇ ਘਰ ਸੇ ਹੈ ਤੇ ਆਪਣੇ ਬਾਰੇ ਕੀ ਦੱਸਿਆ ਆਪਣੇ ਬਾਰੇ ਵੀ ਬਾਤ ਕੀ ਉਸੇ ਅੱਛਾ ਸਾਜੀ ਜਰਾ ਇੱਕ ਮਿੰਟ ਇੱਧਰ ਆਉਣਾ ਪਿੱਛੇ ਹੋ ਜਾ ਜੀ ਗੱਡੀ ਆਉਣ ਲੱਗੀ ਆ ਖੁੱਲੀ ਜਗ੍ਹਾ ਦਿਓ ਜੀ ਜੀ ਪਿੱਛੇ ਹੋ ਜਾ ਕੱਟਾ ਮਾਰਦਾ ਨਾ ਹੁਣ ਆਈ ਇਹ ਕੀ ਹੈ ਸਾਈਕਲ ਅੱਛਾ ਅੱਜੇ ਇਹ ਆ ਗੱਡੀ ਇਹ ਜਿਹੜੀ ਇਹਦਾ ਹੀ ਹੌਸਲਾ ਵਾ ਸਾਈਕਲ ਇੱਥੋਂ ਐਡੀ ਬੁਰੀ ਚੁੰਡੀ ਵੱਢੀ ਜਾਂਦੀ ਆ मैनू इतने झूठे तो आज जो मैं पिछे बटा तू कहती नहीं कैरियर खोबदा ਤੁਸੀਂ ਵੀ ਐਡੇ ਇਮਾਨਦਾਰ ਸੋ ਤੁਸੀਂ ਸਾਈਕਲ ਦੇ ਡੰਡੇ ਤੇ ਪਾਉਂਦੇ ਸੀ
मैं तेनों शुगर लव नहीं कह सकता, तू हलाल ना। सिर्फ दो ही सीटा सदर तो उत्ते कोई नहीं, चपरासी तो थले कोई नहीं। मैं रहम देना, मैं क्या, मैं मेरे तो थले कोई ना हो। अच्छा लगेगा, लोग की कहेंगे सुनार पैदल जा रहा। आप बस में चले जा रहा? बस मैं सफर नहीं कर सकता। क्यों नहीं कर सकते? एक बारी तुम पता साइकिल पंचर हो गया सी, फिर मैंने बस जाना पड़ा, फिर मेरी बस हो गई सी। क्या बस? बस के बीच रश पड़ा, आगे मैं डंड जोर से चढ़या, डंडा फड़या, मैं खलो गया आगे, सवारी पीछे खड़ी सी, वो बनावदा सी कुत्ता कुत्ता भौंकी जा। तो मेरे हाथ पैर सौन लग पे, तो
ਕੰਮ ਹੀ ਫੜ ਲਿਆ। ਕਰਨਾ ਕੀ ਹੈ ਬੀਬੀ ਜੀ, ਹੁਣ ਤੁਹਾਡੇ ਸਾਹਮਣੇ ਹੀ ਆ ਇਹੋ ਜਿਹੇ ਘਰ ਦੇ ਵਿੱਚ। ਤੁਸੀਂ ਤਾਂ ਦੱਸਿਆ ਸਾਡੇ ਪਲਾਂਗੇ ਆ, ਸਾਡੇ ਲੈਲਪੁਰ ਗੈਲਰੀਆਂ ਸਾਡੀਆਂ। ਕਿਸੇ ਨੇ ਝੂਠ ਬੁਲਵਾਇਆ? ਮੈਂ ਵੀ ਇੱਕ ਤਰੀਕਾ ਦੱਸਦਾ ਤੁਹਾਨੂੰ। ਮੇਰਾ ਇੱਕ ਦੋਸਤ ਆ, ਉਹ ਫਿਲਮੀ ਸੈੱਟ ਨਹੀਂ ਲੱਗਦੇ ਜਿੱਥੇ, ਉਹ ਸਮਾਨ ਕਿਰਾਏ ਤੇ ਦਿੰਦਾ ਵਾ। ਉਹਨੂੰ ਕਹਿੰਦੇ ਨੇ ਇੱਥੇ ਸ਼ੂਟਿੰਗ ਵਾਲੇ ਆਉਣੇ ਆ, ਉਹ ਸਮਾਨ ਉਹਨੂੰ ਕਿਰਾਏ ਤੇ ਲੈਂਦੇ ਆ, ਘਰ ਆਪਾਂ ਡੈਕੋਰੇਟ ਕਰ ਲੈਂਦੇ। ਦੇ ਦੇ ਕਮੂ? ਹਾਂ, ਤੇ ਰਹਿਣਾ ਉਹਨੇ ਕਿੰਨੇ ਦਿਨ? 5 ਦਿਨ। ਪਰ ਠੀਕ ਆ, 5 ਦਿਨ ਦਾ ਉਹਨੂੰ ਕਿਰਾਇਆ ਦੇਣਾ ਪਏਗਾ।